ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਸੀ, ਸੋ ਲਗਭਗ 0.2 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਓਬਜ਼ਰਵ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 17.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 16.6 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਲਗਭਗ 0.8 ਡਿਗਰੀ ਸੈਂਟੀਗ੍ਰੇਡ ਨੋਰਮਲ ਤੋਂ ਉੱਪਰ ਓਬਜ਼ਰਵ ਕੀਤਾ ਗਿਆ। ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨੋਰਮਲ ਟੈਂਪਰੇਚਰ ਕੰਡੀਸ਼ਨਸ ਜਿਹੜੀਆਂ ਅੱਜ ਕੱਲ੍ਹ ਪ੍ਰੀਵੇਲ ਕਰ ਰਹੀਆਂ ਨੇ, ਬਟ ਕਿਉਂਕਿ ਹੁਣ ਇੱਕ WD ਸਿਸਟਮ ਦੀ ਡਿਵੈਲਪਮੈਂਟ ਅਸੀਂ ਪਿੱਛੇ ਓਬਜ਼ਰਵ ਕਰ ਰਹੇ ਹਾਂ, ਸੋ ਆਉਣ ਵਾਲੇ 2-3 ਦਿਨ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਕਾਫੀ ਥਾਵਾਂ 'ਤੇ ਜਿਹੜੀ ਮੋਡਰੇਟ ਬਾਰਿਸ਼ ਹੋ ਸਕਦੀ ਹੈ, ਔਰ ਇਹਦੇ ਨਾਲ ਨਾਲ ਲਾਈਟਨਿੰਗ, ਥੰਡਰੀ ਡਿਵੈਲਪਮੈਂਟ ਔਰ ਤੇਜ਼ ਹਵਾਵਾਂ ਨੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ। ਲੱਗਦਾ ਕਿ ਲੋਕਾਂ ਨੂੰ ਜਿਹੜੀ ਰਾਹਤ ਮਿਲੂਗੀ, ਤਾਪਮਾਨ 'ਚ ਵੀ ਕਮੀ ਥੋੜ੍ਹੀ ਜਿਹੀ ਆ ਸਕਦੀ ਹੈ? ਜੀ, ਜਦੋਂ ਵੀ WD ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਉਹਦੇ ਨਾਲ ਡੇ ਟਾਈਮ ਜਿਹੜਾ ਟੈਂਪਰੇਚਰ ਉਹਦੇ 'ਚ ਜ਼ਰੂਰ ਗਿਰਾਵਟ ਆਉਂਦੀ ਹੈ, ਜਦੋਂ ਕਿ ਨਾਈਟ ਟਾਈਮ ਥੋੜ੍ਹਾ ਟੈਂਪਰੇਚਰ ਵੱਧ ਜਾਂਦਾ ਹੈਗਾ। ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਇਹ 2-3 ਗਿਰਾਵਟ ਜਿਹੜੀ ਉਹ ਅਸੀਂ ਓਬਜ਼ਰਵ ਕਰ ਸਕਦੇ ਹਾਂ। ਅਤੇ ਮੈਮ, ਜਿੱਦਾਂ ਕਣਕਾਂ ਦੀ ਵਾਢੀ ਦਾ ਸੀਜ਼ਨ ਵੀ ਹੁਣ ਚੱਲ ਰਿਹਾ, ਸੋ ਲੋਕ ਬਹੁਤ ਵਿਸਾਖੀ ਦੇ ਦਿਨਾਂ 'ਚ ਕਣਕ ਦੀ ਵਾਢੀ ਕਰਦੇ ਮੰਡੀਆਂ ਜਾਂਦੇ ਆ, ਸੋ ਆਹ 2-3 ਦਿਨ ਬਾਰਿਸ਼ ਹੋਊਗੀ ਤਾਂ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਬਾਰਿਸ਼ ਦਾ? ਜੀ, ਕਿਉਂਕਿ ਹੁਣ ਜਿਹੜੇ ਕਣਕ ਦੀ ਕ੍ਰੋਪ ਆ ਉਹ ਪੱਕ ਚੁੱਕੀ ਹੈ ਅਤੇ ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ। ਸੋ ਅਸੀਂ ਹੁਣ ਫਾਰਮਰਸ ਨੂੰ ਇਹੀ ਸਲਾਹ ਦੇ ਰਹੇ ਹਾਂ ਕਿ ਕਿਉਂਕਿ 2-3 ਦਿਨ ਜਿਹੜੇ ਬਾਰਿਸ਼ ਔਰ ਤੇਜ਼ ਹਵਾਵਾਂ, ਲਾਈਟਨਿੰਗ, ਥੰਡਰਿੰਗ ਹੋ ਸਕਦੀ ਹੈ, ਸੋ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਹਾਰਵੈਸਟਿੰਗ ਜਿਹੜੀ ਪਲਾਨ ਕਰਨੀ ਚਾਹੀਦੀ ਹੈ। ਫਿਲਹਾਲ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਲੇ 2-3 ਦਿਨ ਕੰਡੀਸ਼ਨਸ ਹਲੇ ਨਹੀਂ ਸਹੀ ਹੈਗੀਆਂ, ਔਰ ਜੇ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕਰ ਲਈ ਹੈਗੀ ਹੈ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਅੱਜ ਜ਼ਰੂਰ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹਦਾ ਕੋਈ ਨੁਕਸਾਨ ਨਾ ਹੋ ਸਕੇ, ਕਿਉਂਕਿ ਕੱਲ੍ਹ ਔਰ ਪਰਸੋਂ ਸਪੈਸ਼ਲੀ 13 ਔਰ 14 ਤਰੀਕ ਨੂੰ ਜਿਹੜੀਆਂ ਕੰਡੀਸ਼ਨਜ਼ ਜ਼ਿਆਦਾ ਇਹਨਾਂ ਦੇ ਵਿੱਚ ਤੇਜ਼ ਹਵਾਵਾਂ ਜਾਂ ਬਾਰਿਸ਼ ਹੋ ਸਕਦੀ ਹੈ, ਔਰ ਇਹਦੇ ਕਰਕੇ ਜਿਹੜਾ IMD ਵੱਲੋਂ 13 ਤਰੀਕ ਨੂੰ ਔਰੇਂਜ ਔਰ 14 ਤਰੀਕ ਨੂੰ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ। ਸੋ ਇਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਜੀ, ਇਹ ਬੜਾ ਸਿਸਟਮ ਐਕਸਪੈਕਟਡ ਹੈ ਕਿ ਆਲਮੋਸਟ ਸਾਰਾ ਪੰਜਾਬ ਵੀ ਇਹ ਕਵਰ ਕਰ ਸਕਦਾ, ਆਲਮੋਸਟ ਸਾਰੇ ਡਿਸਟ੍ਰਿਕਟਸ ਵਿੱਚ ਹੀ ਜਿਹੜੀ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਲਾਈਕ ਟੂ ਮੋਡਰੇਟ ਬਾਰਿਸ਼ ਔਰ ਤੇਜ਼ ਹਵਾਵਾਂ, ਲਾਈਟਨਿੰਗ, ਥੰਡਰਿੰਗ ਉਹ ਹੋ ਸਕਦੀ ਹੈ। ਬਿਲਕੁਲ ਜੀ, ਕਿਉਂਕਿ ਫਿਲਹਾਲ ਤਾਂ WD ਸਿਸਟਮ ਦਾ ਇਫੈਕਟ 2-3 ਦਿਨ ਪ੍ਰੀਵੇਲ ਕਰਨ ਵਾਲਾ, ਸੋ ਉਹਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੁਛ ਗਿਰਾਵਟ ਹੋ ਸਕਦੀ ਹੈ, ਬਟ ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ ਫਿਰ ਜਿਹੜਾ ਟੈਂਪਰੇਚਰ ਗ੍ਰੈਜੂਅਲੀ ਰਾਈਜ਼ ਕਰ ਸਕਦਾ। ਤਹਿਲਕਾ ਨਿਊਜ਼ ਚੈਨਲ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ, ਤਹਿਲਕਾ ਨਿਊਜ਼। ਤਹਿਲਕਾ ਨਿਊਜ਼। ਤਹਿਲਕਾ ਨਿਊਜ਼।